ਦੋਸਤੋ ਮੈਂ ਐਡਮਿੰਟਨ ਤੋਂ ਇਸ ਵਕਤ ਬੋਲ ਰਿਹਾ ਤੁਹਾਨੂੰ ਨਜ਼ਾਰੇ ਦਿਖਾਣੇ ਸੀ ਕਿੰਨਾ ਇੱਥੇ ਟੈਂਪਰੇਚਰ ਕਿਸ ਤਰ੍ਹਾਂ ਹੈ ਤੁਸੀਂ ਹੁਣ ਦੇਖ ਰਹੇ ਹੋ ਵੈਸੇ ਬਰਫਾਂ ਜਮੀ ਹੋਈ ਹੈ ਛਤਾਂ ਵੀ ਉੱਪਰ ਦੇਖੋ ਸਨੋ ਭਰੀ ਪਈ ਹੈ ਸਾਰਾ ਅਤੇ ਆਹ ਤੁਹਾਨੂੰ ਹੋਰ ਦਿਖਾਉਂਦੇ ਟ੍ਰੈਫਿਕ ਦਾ ਹਾਲ ਇਸ ਵਕਤ ਆਈ ਥਿੰਕ ਇਟਸ ਕਲੋਜ਼ ਟੂ ਮਾਈਨਸ 35 ਪਲੱਸ ਵਿੰਡ ਚਲ ਕਰਕੇ ਮਾਈਨਸ 40 ਪਲੱਸ ਵੀ ਮਹਿਸੂਸ ਹੁੰਦਾ ਇਸ ਤਰ੍ਹਾਂ ਇਹ ਨੌਰਥ ਪੋਲ ਤੋਂ ਇੱਥੇ ਖਬਰ ਆਈ ਸੀ ਕਿ ਨੌਰਥ ਪੋਲ ਜਿੰਨਾ ਟੈਂਪਰੇਚਰ ਹੈ ਉਨਾ ਹੀ ਟੈਂਪਰੇਚਰ ਇਸ ਵਕਤ ਐਡਮਿੰਟਨ ਹੈ ਤੁਸੀਂ ਦੇਖ ਰਹੇ ਹੋ ਇਹ ਸਾਰੇ ਜਿਹੜੇ ਬਰਫ ਜਮੀ ਹੋਈ ਹੈ ਸੜਕ 'ਤੇ ਸੜਕ ਪੂਰਾ ਮੇਰੇ ਖਿਆਲ ਹੈ ਪੂਰੀ ਬਰਫ਼ ਹੀ ਬਰਫ਼ ਬਣੀ ਹੋਈ ਹੈ ਗਲੇਸ਼ੀਅਰ ਟਾਈਪ ਬਣਿਆ ਹੋਇਆ ਸਾਰਾ ਸੋ ਦੇਖ ਲਓ ਕਿਸ ਤਰ੍ਹਾਂ ਹੈ ਜਿਹੜੇ ਲੋਕ ਸੋਚ ਰਹੇ ਕਿ ਜਿਹਨਾਂ ਨੂੰ ਵੀਜ਼ਾ ਮਿਲ ਕੇ ਕਿ ਐਡਮਿੰਟਨ ਆਉਣਾ ਹੈ ਅਤੇ ਜਸਟ ਬੀ ਰੈਡੀ ਵੀ ਕਿ ਦਿਸ ਇਜ਼ ਵਾਟ ਇਟ ਇਜ਼ ਪਰ ਆਪਾਂ ਥੋੜ੍ਹੀ ਡਰਾਈਵ ਕਰਕੇ ਹੋਰ ਤੁਹਾਨੂੰ ਦਿਖਾਉਣਾ ਕਿ ਬਾਹਰ ਰੋਡ 'ਤੇ ਕਿਸ ਤਰ੍ਹਾਂ ਲੋਕ ਚੱਲ ਰਹੇ ਹੈ ਕਿਸ ਤਰ੍ਹਾਂ ਕਰ ਰਹੇ ਹੈ ਕਈ ਵਾਰ ਮੈਨੂੰ ਲੋਕ ਪੁੱਛਦੇ ਕਿ ਵੀ ਤੁਸੀਂ ਸਰਵਾਈਵ ਕਿਸ ਤਰ੍ਹਾਂ ਕਰਦੇ ਹੋ ਕੰਮ 'ਤੇ ਕਿਸ ਤਰ੍ਹਾਂ ਜਾਓਗੇ ਸਕੂਲ ਕਿਸ ਤਰ੍ਹਾਂ ਜਾਣਗੇ ਬੱਚੇ ਅਤੇ ਅੱਜ 'ਤੇ ਜ਼ਿਆਦਾ ਕੋਈ ਟ੍ਰੈਫਿਕ ਹੈ ਨਹੀਂ ਪਰ ਆਈ ਵਿਲ ਸ਼ੋ ਯੂ ਕਿ ਕਿਸ ਤਰ੍ਹਾਂ ਜਾ ਰਹੇ ਹੈ ਐਂਡ ਦੈਨ ਵੀ ਵਿਲ ਸੀ ਸੋ ਆਈ ਐਮ ਜਸਟ ਗੋਇੰਗ ਟੂ ਕੀਪ ਕੁਆਇਟ ਫੋਰ ਸਮ ਟਾਈਮ ਐਂਡ ਲੈਟ ਯੂ ਸੀ ਦ ਰਿਜ਼ਲਟ ਧੁੱਪ ਨਿਕਲੀ ਹੋਈ ਹੈ ਲੇਕਿਨ ਟੈਂਪਰੇਚਰ ਬਹੁਤ ਹੈ ਠੰਡਾ ਇੰਨਾ ਟੈਂਪਰੇਚਰ ਹੈ ਕਿ ਬਾਹਰ ਤੁਸੀਂ ਅਗਰ ਜੇ ਉਸ ਤਰ੍ਹਾਂ ਬਗੈਰ ਕਿਤੇ ਐਕਸਪੋਜ਼ ਹੋ ਗਏ ਨਾ ਆਪਣੇ ਗਲਵਸ ਬਗੈਰ ਅਤੇ ਵਿਦਇਨ ਅਬਾਊਟ 5 ਸੈਕਿੰਡ ਜਾਂ 10 ਸੈਕਿੰਡ ਅੰਦਰ ਤੁਹਾਡੇ ਜਿਹੜੇ ਫਰੋਸਟ ਬਾਈਟ ਹੋ ਜਾਏਗੀ ਦੈਟ ਮੀਨਸ ਕਿ ਸਾਰਾ ਤੁਹਾਨੂੰ ਨਸਾਂ ਜਿਹੜੀ ਜੰਮ ਜਾਣਗੀ ਫਿਰ ਹੱਥ ਉਂਗਲ ਕੱਟਣੇ ਹੀ ਪੈਂਦੇ ਆ ਫਿਰ ਹੋਰ ਕੁਛ ਨਹੀਂ ਆਉਂਦਾ ਸੋ ਨਾਓ ਆਈ ਐਮ ਔਨ ਦ ਮੇਨ ਰੋਡ ਐਂਡ ਯੂ ਕੈਨ ਸੀ ਹਾਊ ਦੈਟ ਇਜ਼ ਸੋਰੀ ਦ ਕੈਮਰਾ ਗੋਟ ਡ੍ਰੌਪ ਐਕਚੁਅਲੀ ਬਟ ਰੋਡ ਚੱਲ ਰਹੀ ਹੈ ਦੇਖੋ ਕੁਛ ਨਹੀਂ ਉਛਲ ਆ ਰਹੇ ਹੈ ਪਰ ਅੱਜ ਟ੍ਰੈਫਿਕ ਇੰਨਾ ਜ਼ਿਆਦਾ ਹੈ ਨਹੀਂ ਵੈਸੇ ਪਰ ਨਾਈਟ ਕੀ ਆ ਆਹ ਦੇਖੋ ਕਿਸ ਤਰ੍ਹਾਂ ਬਰਫ਼ ਜਮੀ ਹੋਈ ਹੈ ਹਰ ਇੱਕ ਜਗ੍ਹਾ ਕਾਰਾਂ ਦੇ ਪਰ ਫਿਰ ਵੀ ਲੋਕ ਕੰਮ ਕਰ ਰਹੇ ਆ ਆਪਣਾ ਕੀ ਕਰੀਏ ਹੁਣ ਕੋਈ ਚਾਰਾ ਨਹੀਂ ਹੈ ਇਹਦੀ ਕੋਈ ਇੰਡੀਆ 'ਤੇ ਹੈ ਨਹੀਂ ਕਿ ਆਪਾਂ ਹੁਣ ਰੇਵੜੀ ਖਾਣੇ ਜਾਂ ਕਿਤੇ ਖਾਣੇ ਤੋਂ ਬਹਿ ਜਾਈਏ ਬਾਹਰ ਆਹ ਦੇਖੋ ਹੁਣ ਮੇਨ ਰੋਡ 'ਤੇ ਆ ਗਏ ਹਾਂ ਆਈ ਐਮ ਗੋਇੰਗ ਟੂ ਮਾਈ ਫਰੈਂਡਸ ਹਾਊਸ ਆਈ ਥੋਟ ਆਈ ਜਸਟ ਗੈਟ ਯੂ ਅਰ ਲਿਟਲ ਗਲਿੰਪਸ ਕਈ ਵਾਰ ਐਕਚੁਲੀ ਰੋਡ 'ਤੇ ਨਾ ਤੁਹਾਡੀ ਜਿਹੜੀ ਕਾਰ ਵੀ ਕਦੇ ਸਲਿਪ ਕਰ ਸਕਦੀ ਹੈ ਸਨੋ ਕਰਕੇ ਪਰ ਐਜ਼ ਯੂ ਕੈਨ ਸੀ ਔਨ ਦ ਲੈਫਟ ਹੈਂਡ ਸਾਈਡ ਪੂਰੇ ਜਿਹੜੇ ਇਲਾਕੇ ਆ ਉਹ ਭਰੇ ਪਏ ਆ ਟਕੇ ਪਏ ਆ ਬਿਲਕੁਲ ਬਰਫ਼ ਨਾਲ ਸੋ ਜਿਹੜੇ ਲੋਕ ਸ਼ਿਮਲਾ ਜਾ ਰਹੇ ਹੈ ਕੋਈ ਸਿਆਚਿਨ ਜਾ ਰਹੇ ਦੇਖ ਲਓ ਬਈ ਮਤਲਬ ਇਹ ਬਾਪ ਹੈ ਐਕਚੁਲੀ ਸਿਆਚਿਨ ਦਾ ਇੱਥੇ ਤਾਂ -35 ਦੇ ਥੱਲੇ ਕੋਈ ਗੱਲ ਨਹੀਂ ਹੈ ਸੋ ਪੀਪਲ ਆਰ ਸਟਿਲ ਸਰਵਾਈਵਿੰਗ ਸੋ ਲੈਟ ਯੂ ਸੀ ਸਮਥਿੰਗ ਐਂਡ ਯੂ ਕੈਨ ਸੀ ਸਮ ਟ੍ਰੈਫਿਕ ਪਾਸਿੰਗ ਬਾਏ ਦੇਖੋ ਤੁਸੀਂ ਉਹ ਕਿਹੜੇ ਜੋ ਉਹਨਾਂ ਦੀ ਭਾਪ ਨਿਕਲ ਰਹੀ ਹੈ ਜੋ ਕੰਡੈਂਸੇਸ਼ਨ ਨਿਕਲ ਰਿਹਾ ਉਹ ਮਿੰਟਾਂ ਸੀ ਉਹ ਬਿਕੋਜ਼ ਆਫ ਦ ਟੈਂਪਰੇਚਰ ਗੈਟਸ ਫ੍ਰੋਜ਼ਨ ਐਂਡ ਯੂ ਕੈਨ ਸੀ ਲਿਟਲ ਸਮੋਕ ਬਿਹਾਈਂਡ ਆਲ ਕਾਰਸ ਦਿਸ ਇਜ਼ ਨਾਟ ਸਮੋਕ ਦਿਸ ਇਜ਼ ਜਸਟ ਕੰਡੈਂਸੇਸ਼ਨ ਸੋ ਦੈਟਸ ਵਾਟ ਇਟ ਇਜ਼ ਆਈ ਲੈਟ ਯੂ ਸੀ ਇਟ ਲਾਲ ਬੱਤੀ ਹੋਈ ਹੈ ਆਪਾਂ ਚਲਾਂਗੇ ਦੇਖਾਂਗੇ ਫਿਰ ਸੋ ਇਟਸ ਜਸਟ ਅ ਡਰਾਈਵ ਫੋਰ ਅਬਾਊਟ 5 ਮਿੰਟਸ ਔਰ ਸੋ ਬਟ ਯੂ ਨੋ ਯੂ ਵਿਲ ਸੀ ਲੁੱਕ ਐਟ ਦਿਸ ਬਿਗ ਟਰੱਕ ਸਟਿਲ ਫੰਕਸ਼ਨਿੰਗ ਉਹਨਾਂ ਨੇ ਵੀ ਦਿਹਾੜੀਆਂ ਕਰਨੀਆਂ ਉਹਨਾਂ ਨੇ ਵੀ ਕੰਮ ਕਰਨਾ ਹੈ ਚਾਹੇ ਭਾਵੇਂ ਠੰਡ ਹੋ ਕੁਛ ਹੋ ਦੇ ਹੈਵ ਟੂ ਕੀਪ ਰਨਿੰਗ ਅੱਜ ਵਰਕਿੰਗ ਡੇ ਹੈ ਜ਼ਰੂਰ ਲੇਕਿਨ ਫਿਰ ਵੀ ਪਾਪੂਲੇਸ਼ਨ ਕਾਫੀ ਘਰ ਹੀ ਬੈਠੀ ਹੈ ਮੇਰੇ ਖਿਆਲ ਇਸ ਆਫ ਦ ਰੋਡ ਦੇ ਨਾਟ ਹੁੰਦੇ ਜਦੋਂ ਬਾਈ ਸੀ ਇਹ ਸੜਕ ਭਰੀ ਹੁੰਦੀ ਹੈ ਵੈਸੇ ਟ੍ਰੈਫਿਕ ਨਾਲ ਮੈਂ ਐਕਚੁਲੀ ਜਾ ਰਿਹਾ ਕਿਸ ਨੂੰ ਮਿਲਣਾ ਉਹ ਅੱਜ ਉਹਨਾਂ ਦੀ ਫਲਾਈਟ ਹੈ ਇੰਡੀਆ ਦੀ ਅਤੇ ਉਹਨਾਂ ਨੂੰ ਮੈਂ ਵਧਾਈ ਕਰਨ ਜਾ ਰਿਹਾ ਕਿ ਵੀ ਤੁਸੀਂ ਇੰਡੀਆ ਚੱਲੇ ਹੋ ਅਤੇ ਸਾਨੂੰ ਇੱਥੇ ਠੰਡ 'ਚ ਛੱਡ ਗਿਆ ਤੁਸੀਂ ਸੋ ਜਸਟ ਵਨ ਪੁਆਇੰਟ ਸੇ ਹੈਲੋ ਟੂ ਦੈਮ ਅਦਰ 5 ਮਿੰਟਸ As you can see, the road is frozen. I mean, the road is like slipping on the ice. Ab gaddi tez bhi nahi chal sakdi kyunki gaddi bhi slip kar sakdi hai actually koi black ice aa jaye kuch ho jaye the the car will slip off the road.
तेल का दाम कितना है दिखाओ जरा उधर कितना है 94.9 सेंट्स पर लीटर दैट मींस क्लोज टू $1 पर लीटर कितना हो गया इंडिया का करीब करीब 54 रुपीस पर लीटर आई डोंट नो इंडिया से कितना आजकल तेल है पर क्लोज टू $1 इनफैक्ट जरा सुपीरियर है वो $1.20 पर लीटर दैट्स द कॉस्ट ऑफ द पेट्रोल देखो पहाड़ी पहाड़ी है बर्फ से ढकी पही पहाड़ियाँ लग रहा है जिस तरह के हम कश्मीर भी वो घाटी से आ गए कि पहाड़ देखो बर्फ से ढके पे हैं सारे हाँ हूँ अभी जरा आएगा पता इलाका आएगा हाँ देखो बर्फ ही बर्फ ओह माय गॉड है ना बर्फ बर्फीला देश है बर्फीला देश जो वीजा लेना है तो बर्फ लिए तैयार रहो इससे जे अगर बर्फ नहीं देखनी अगर जे हो तो गर्म इलाके जाना फिर अमेरिका जाओ अच्छा इससे देखो रोड साफ है क्योंकि ये गड्डियां चल रही ना रोड साफ है अदरवाइज रोड पे भी बर्फ नहीं है कई बार हैरानी करते हैं कि भी कनाडा वाले रहते किस तरह किस तरह सरवाइव किस तरह करते हैं इतनी ठंड क्योंकि दिल्ली से ठंड हो जाए जीरो हो जाए कहते लाओ जी मर गए रजाई कट पै गई जी आ लिया जी हीटर लाओ जी फैन लाओ यू आर सरवाइविंग एट -30 -40 आ दिखाओ भरया पाया पूरा खेत ही खेत भरे पे बर्फ की खेती चल रही है बस ये वीडियो तो चलेगा जब हम पहुंचने वाले हैं विद इन 5 मिनट्स वीडियो विल बी ओवर सो जस्ट वांटेड टू शो यू द रोड कंडीशंस जब आप जे आबादी वाले इलाके से पहुंचेंगे उसे भी तुम शो करना कि भी घर के ऊपर बर्फ किधर जमी हुई है रूफ से स्पीड कितनी है 80 किलोमीटर पर आवर मेडिकल बहुत फास्ट जा रहे हैं इंडिया की फ्लाइट है किसी होर की खुशी सानू हो रही है कि भी अगले इंडिया जा रहे हैं देख लो इंडिया की इन्नी खिच है इन्नी कशिश है इंडिया की मेरा भारत महान भारत माता की जय रेड लाइट आ गई है रेड लाइट तो फिर नेक्स्ट अभी ऐसी पहुंचने वाले हैं अपने फ्रेंड के कार
को बर्फ, कितनी बर्फ, माय गॉड, इतनी बर्फ पर भर के ना मेरे ख्याल अपना एक्सपोर्ट कर दिए सऊदी अरेबिया। बर्फ के कितने ढेर लगे हुए हैं, माय गॉड, लुक एट ऑल द स्नो। आवर शॉपिंग एरिया आ गया है, दिस इज अ सिटी ऑफ कॉल्ड बोमोंट, एडमंटन द साउथ ते पैंदा है शहर, छोटा शहर है, इसकी पंजाबी पॉपुलेशन इतनी नहीं है वैसे, लेकिन दिस इज अ स्मॉल टाउन of Alberta called Beaumont, and it's a French area, one of the first earliest settled towns of Alberta. So here we are in Beaumont. Aaj dekh lo ye kar aaj upar kitni kitni barf jami hui hai, kar mere samne bhi barf pai hui hai, tail lagi hui hai barf. Aaj dekho car hai jehri barf mein kitna taki hui hai, jis tarah aur dekho samne. Oh ho, look at this car. And we are there almost at our house, and that's the house we are going right in front. That's another guy.